ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਸੋ ਕਿਸਾਨ ਵੀਰੋ ਜਿਹੜੀ ਪਨੀਰੀ ਬੀਜਣ ਦਾ ਤੰਗ ਕਈ ਵਾਰੀ ਆਪਾਂ ਉਹਦੇ ਵਿੱਚ ਹੀ ਗਲਤੀ ਕਰ ਦਿੰਨੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਉਹ ਪਨੀਰੀ ਦੇ ਉੱਪਰ ਛੜਕਾ ਕਰਦੇ ਆ ਕਾਫੀ ਸਾਰੇ ਤੇ ਇੱਕ ਵਾਰੀ ਪਨੀਰੀ ਰੁਕ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਦੁਬਾਰਾ ਸਟਾਰਟ ਕਰਦੇ ਆ ਕਹਿੰਦੇ ਆਪਾਂ ਬੰਦ ਹੋ ਕੇ ਸਟਾਰਟ ਹੋਣਾ ਫਿਰ ਆਪਣਾ ਟਾਈਮ ਵੇਸਟ ਹੋ ਜਾਂਦਾ ਫਿਰ ਉਹਦੀ ਉਮਰ ਵੱਡੀ ਹੋ ਜਾਂਦੀ ਹੈ ਲਾਉਣ ਵੇਲੇ ਫਿਰ ਆਪਾਂ ਨੂੰ ਚਿੰਤਾ ਸਤਾਉਂਦੀ ਰਹਿੰਦੀ ਹੈ ਵੀ ਸਾਡੀ ਪਨੀਰੀ ਦੀ ਮਹੀਨੇ ਤੋਂ ਉੱਪਰ ਦੀ 30 ਦਿਨਾਂ ਤੋਂ ਉੱਪਰ ਵੱਡੀ ਹੋ ਗਈ 40 ਦਿਨਾਂ ਦੀ ਹੋ ਗਈ ਅਜੇ ਵੀ ਪਾਣੀ ਦੇ ਵਿੱਚ ਕੱਦੂ ਵਾਲੇ ਦੇ ਵਿੱਚ ਡੁੱਬੀ ਜਾਂਦੀ ਆ ਇਹਦਾ ਕੱਦ ਘਟਾ ਤਾਂ ਇਹ ਕਈ ਪ੍ਰਕਾਰ ਦੀਆਂ ਚਿੰਤਾਵਾਂ ਨੇ ਜਿਹੜੀਆਂ ਉਸ ਟਾਈਮ ਤੇ ਆਪਾਂ ਨੂੰ ਹੁੰਦੀਆਂ ਨੇ ਤਾਂ ਉਹ ਉਹਨਾਂ ਤੋਂ ਬਚਣ ਵਾਸਤੇ ਆਪਾਂ ਇੱਕ ਤਾਂ ਕਿਸਾਨ ਵੀਰੋਂ ਬੇਨਤੀ ਆਪਾਂ ਪਿਛਲੀਆਂ ਕਿੰਨੀ ਵੀਡੀਓਾਂ ਦੇ ਵਿੱਚ ਗੱਲਬਾਤ ਕਰ ਚੁੱਕੇ ਕਿ ਜ਼ੂਰੀ ਆ ਜਿੰਕ ਪੋਟਾਸ਼ ਸੁਪਰ ਅਜਿਹੇ ਜਿਹੜੇ ਤੱਤ ਨੇ ਉਹ ਆਪਾਂ ਨੇ ਸਿਰਫ ਆਪਣੀ ਪਨੀਰੀ ਦੇ ਵਿੱਚ ਉਹਨਾਂ ਦੇ ਬਿਜਾਈ ਸਮੇਂ ਪਾਉਣੇ ਹੁੰਦੇ ਨੇ ਤਾਂ ਜੋ ਪਨੀਰੀ ਆ ਜਿਹੜੀ ਉਹ ਆਪਣਾ ਵਧੀਆ ਬੈਸਟ ਰਿਜ਼ਲਟ ਦੇਵੇ ਤੇ ਆਪਣੀ ਪਨੀਰੀ ਰੁਕੇ ਨਾ ਇਹ ਪਾਉਣ ਦਾ ਮਕਸਦ ਇਹ ਚੀਜ਼ਾਂ ਨਹੀਂ ਕਮੀ ਨਾ ਆਵੇ ਕਿਉਂਕਿ ਉਸ ਤੋਂ ਬਾਅਦ ਕੀ ਹੁੰਦਾ ਨਾ ਕਿਸਾਨ ਵੀਰੋਂ ਆਪਾਂ ਬੀਜ ਲੈਨੇ ਆ ਜਦੋਂ ਕਮੀ ਆਉਂਦੀ ਆ ਤਾਂ ਫਿਰ ਇੱਕ ਵਾਰੀ ਆਪਣੀ ਪਨੀਰੀ ਰੁਕ ਜਾਂਦੀ ਆ ਫਿਰ ਆਪਾਂ ਉਹਨੂੰ ਬੜਾ ਜ਼ੋਰ ਲਾ ਕੇ ਭਾਵੇਂ ਕਿ ਮਿਹਨਤ ਉਸ ਤੋਂ ਵੀ ਜ਼ਿਆਦਾ ਕਰ ਲੈਨੇ ਆ ਬੜਾ ਜੋਰ ਲਾ ਕੇ ਫਿਰ ਆਪਾਂ ਉਸ ਨੂੰ ਚਲਾਉਨੇ ਆ ਕਦੇ ਉਹਦੇ ਤੇ ਆਪਾਂ ਪਾਣੀ ਸਿਰਕਦੇ ਆ ਕਦੇ ਕੋਈ ਉਹਨੂੰ ਚਲੇਟਡ ਜਿੰਕ ਸਿਰਕਦੇ ਆ ਕਦੇ ਉਹਦੇ ਤੇ ਜੂਰੀਆ ਕਦੇ ਕੋਈ ਜਿਬਰਾਲਿਕ ਐਸਿਡ ਸਿਰਕਦਾ ਕੋਈ ਡੀਏਪੀ ਘੋਲ ਕੇ ਵਹਿ ਜਾਂਦਾ ਕੋਈ ਪਾਥੀਆਂ ਦਾ ਪਾਣੀ ਘੋਲ ਕੇ ਵਹਿ ਜਾਂਦਾ ਤੇ ਹੋਰ ਬਹੁਤ ਕੁਝ ਲੱਲਾ ਪੱਬਾ ਇਕੱਠਾ ਕਰਕੇ ਫਿਰ ਆਪਾਂ ਉਹਦੇ ਤੇ ਸੜਕਾ ਕਰਨ ਲੱਗ ਜਾਂਦੇ ਜਦੋਂ ਪਨੀਰੀ ਪੀਲੀ ਜੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਆਪਾਂ ਨੂੰ ਲੱਗਦਾ ਹੁੰਦਾ ਕਿ ਆਪਾਂ ਛੇਤੀ ਕਿਤੇ ਇਹਨੂੰ ਤਿਆਰ ਕਰ ਲਈਏ ਤਾਂ ਫਿਰ ਆਪਾਂ ਉਦੋਂ ਗਲਤੀ ਕੀ ਹੋ ਜਾਂਦੀ ਹੈ ਕਿਸਾਨ ਵੀਰੋ ਆਪਾਂ ਬੇਨਤੀ ਇਸ ਕਰਕੇ ਕਰਦੇ ਆ ਕਿ ਪਹਿਲਾਂ ਪਾਲਿਆ ਕਰੋ ਇਹਦੇ ਵਿੱਚ ਪ੍ਰੋਬਲਮ ਕੀ ਆਊਗੀ ਜਦੋਂ ਆਪਾਂ ਇੱਕ ਵਾਰੀ ਪਨੀਰੀ ਆਪਣੀ ਰੋਕ ਗਈ ਆਪਾਂ ਦੁਬਾਰਾ ਚਲਾਵਾਂਗੇ ਤਾਂ ਆਪਾਂ ਨੂੰ ਚਲਾਉਂਦੇ ਚਲਾਉਂਦੇ ਕਿਸਾਨ ਵੀਰੋ ਉੱਥੇ ਪਹੁੰਚ ਜਾਨੇ ਜਦੋਂ ਆਪਣੀ ਲਵਾਈ ਹੁੰਦੀ ਹੈ ਤਾਂ ਆਪਾਂ ਜਦੋਂ ਲਾਉਣੇ ਆ ਉਹਦੇ ਵਿੱਚ ਪ੍ਰੋਬਲਮਾਂ ਬਹੁਤ ਆਉਂਦੀਆਂ ਨੇ ਉਸ ਟਾਈਮ ਤੇ ਗਰਮੀ ਪੈ ਗਈ ਬਿਲਕੁਲ ਕੱਚੀ ਪਨੀਰੀ ਹੁੰਦੀ ਆਪਣੀ ਆਪਾਂ ਨੇ ਬੜੇ ਸੜਕਾ ਕੀਤੇ ਹੁੰਦੇ ਨੇਗੇ ਤਤਾਂ ਵਾਲੇ ਤਾਂ ਉਦੋਂ ਕਾਲੀ ਪਨੀਰੀ ਕਰ ਰੱਖੀ ਹੁੰਦੀ ਆ ਆਪਣੇ ਕੱਚੀ ਕੱਚੀ ਪਨੀਰੀ ਕਰ ਰੱਖੀ ਹੁੰਦੀ ਆ ਜਦੋਂ ਉਹਨੂੰ ਆਪਾਂ ਪੱਟ ਕੇ ਖੇਤ ਦੇ ਵਿੱਚ ਲਾਉਣਿਆਂ ਕੱਦੂ ਵਾਲੇ ਦੇ ਵਿੱਚ ਕਹਿੰਦਾ ਪਰ ਟਰਾਂਸਪਲੈਂਟ ਕਰਦੇ ਆਂਗੇ ਪੌਦਿਆਂ ਨੂੰ ਤਾਂ ਫਿਰ ਉਹ ਬਿਲਕੁਲ ਇੱਕਦਮ ਉਹਨੂੰ ਝਟਕਾ ਲੱਗ ਜਾਂਦਾ ਤੇ ਆਪਣੇ ਵਿੱਚੋਂ ਪੌਦੇ ਮੱਚ ਜਾਂਦੇ ਨੇ ਤੇ ਆਪਾਂ ਨੂੰ ਲੱਗਦਾ ਕਿ ਬੂਟੇ ਮੱਚ ਗਏ ਫਿਰ ਆਪਾਂ ਲੇਬਰ ਤੇ ਵੀ ਸ਼ੱਕ ਕਰਦੇ ਆਂ ਕਈ ਵਾਰੀ ਕਿ ਟੁੱਟੀ ਜੜ ਲਾਤੀ ਜਦੋਂ ਦੇਖਦੇ ਆ ਕੋਈ ਪ੍ਰੋਬਲਮ ਨਹੀਂ ਹੁੰਦੀ ਸੋ ਕਿਸਾਨ ਵੀਰ ਉਹ ਆਪਣੀ ਜਿਹੜੀ ਪਨੀਰੀ ਆ ਉਹ ਜਿਆਦਾ ਕੱਚੀ ਹੋਣ ਕਰਕੇ ਵੀ ਪ੍ਰੋਬਲਮ ਆਉਂਦੀ ਆ ਉਸ ਤੋਂ ਕੁਝ ਦਿਨ ਪਹਿਲਾਂ ਆਪਾਂ ਰੁਕ ਜਾਇਆ ਕਰੀਏ ਇਹਨਾਂ ਚੀਜ਼ਾਂ ਦੀ ਆਪ ਨੂੰ ਸ਼ੁਰੂਆਤ ਚ ਹੀ ਪਾਉਣ ਦੀ ਜ਼ਰੂਰਤ ਹੁੰਦੀ ਹੈ ਤੇ ਇੱਕ ਛੇਤੀ ਤੋਂ ਛੇਤੀ ਪਨੀਰੀ ਤਿਆਰ ਕਰਨ ਵਾਸਤੇ ਕਿਸਾਨ ਵੀਰੋ ਆਪਾਂ ਜਿਹੜੀ ਹਫ਼ਤੇ 10 ਦਿਨਾਂ ਦੇ ਬਾਅਦ ਹੀ ਜੂਰੀਆ ਸ਼ੁਰੂ ਕਰ ਲਈਏ ਭਾਵੇਂ ਕਿ ਉਹ ਕਿ 1 ਕਿਲੋ ਤੋਂ ਸ਼ੁਰੂ ਕਰ ਲਈਏ ਆਪਣੇ ਰਕਵੇ ਦੇ ਹਿਸਾਬ ਦੇ ਨਾਲ ਤਾਂ ਫਿਰ ਉਹਨੂੰ ਵਾਧਦੇ ਵਾਧਦੇ ਆਪਾਂ ਥੋੜਾ ਵਧਾ ਸਕਦੇ ਆ ਤੇ ਉਹਨੂੰ ਰਜਾਨਾ ਨਹੀਂ ਤਾਂ ਇੱਕ ਦਿਨ ਸਨ ਛੱਡ ਕੇ ਜਰੂਰ ਜੂਰੀਆ ਦਿੰਦੇ ਰਹੀਏ ਉਹਨੂੰ ਕੰਟੀਨਿਊਲੀ ਚਲਾਈ ਰੱਖੀਏ ਨਾ ਕਿ ਆਪਾਂ ਅੱਜ ਜੂਰੀਆ ਦੇਤੀ ਤੇ ਉਹ ਦੂਦ ਹਫਤਾ ਉਹਦੇ ਵੀ ਨਹੀਂ ਦੇਖਿਆ ਨਾ ਤੇ ਜਦੋਂ ਉਹ ਰੁਕ ਗਈ ਫਿਰ ਆਪਾਂ ਠਾਹ ਜੂਰੀਆ ਦੇਤੀ ਤੇ ਉਸ ਤੋਂ ਬਾਅਦ ਫਿਰ ਉਹਨੇ ਚੱਲਣਾ ਫਿਰ ਰੁਕ ਗਈ ਇਹ ਕੋਈ ਵਧੀਆ ਕ੍ਰੌਪ ਪ੍ਰੈਕਟਿਸ ਨਹੀਂ ਹੈਗੀ ਕਿਸਾਨ ਵੀਰੋ ਜੇਕਰ ਆਪਾਂ ਗੱਲ ਕਰੀਏ ਪਨੀਰੀ ਦੀ ਕਿਉਂਕਿ ਪਨੀਰੀ ਜੇਕਰ ਆਪਣੀ ਵੈਸਟ ਨਾ ਹੋਈ ਤਾਂ ਆਪਣੀ ਅੱਗੇ ਜਾ ਕੇ ਜਿਹੜੇ ਝੋਨੇ ਦੀ ਫਸਲ ਆ ਉਹਦੇ ਵਿੱਚ ਜਦੋਂ ਪੌਦਿਆਂ ਦੀ ਗਿਣਤੀ ਘਟ ਜੂਗੀ ਕੱਚੀ ਪਨੀਰੀ ਲਾਵਾਂਗੇ ਤਾਂ ਫਿਰ ਅੱਗੇ ਜਾ ਕੇ ਜਿਹੜਾ ਝਾੜ ਤੇ ਅਸਰ ਪੈਂਦਾ ਤੇ ਜੇਕਰ ਆਪਾਂ ਉਹਨੂੰ ਇਸ ਤਰੀਕੇ ਨਾਲ ਟ੍ਰੀਟ ਨਹੀਂ ਕਰਾਂਗੇ ਤਾਂ ਆਪਣੀ ਪਨੀਰੀ ਕਾਫੀ ਦਿਨਾਂ ਦੀ ਵੱਡੀ ਹੋ ਕੇ ਲੱਗੂਗੀ ਤਾਂ ਵੀ ਆਪਾਂ ਨੂੰ ਪ੍ਰੋਬਲਮ ਆ ਸਕਦੀ ਹੈ ਸੋ ਇਸ ਕਰਕੇ ਬੇਨਤੀ ਹੈ ਕਿਸਾਨ ਵੀਰੋ ਜਿਹੜੀ ਜੂਰੀ ਆ ਖਾਸ ਕਰਕੇ ਨਾਈਟ੍ਰੋਜਨ ਇਹਦੇ ਇਹਨੂੰ ਸ਼ੁਰੂ ਕਰ ਲਓ ਜਿਹੜੇ ਵੀਰਾਂ ਨੇ ਪਨੀਰੀਆਂ ਟਾਈਮ ਨਾਲ ਬੀਜੀਆਂ ਹੋਣਾਂ ਨੇ ਜੀਆਂ ਜੇਕਰ 10 ਦਿਨਾਂ ਦੀ ਪਨੀਰੀ ਹੋ ਗਈ ਹਫਤੇ ਦੀ ਤਾਂ ਇਹਨੂੰ ਸ਼ੁਰੂ ਕਰ ਲਓ ਤੇ ਪਾਉਣਾ ਸ਼ੁਰੂ ਕਰ ਦਿਓ ਤੇ ਰੋਟੇਨ ਚ ਹੀ ਪਾਈ ਚੱਲੋ ਤੇ ਪਾਣੀ ਦਾ ਜ਼ਿਆਦਾ ਸੁੱਕਾ ਨਾਲ ਵਾਹ ਕਰੋ ਕਿਸਾਨ ਵੀਰੋ ਕਿਉਂਕਿ ਜਦੋਂ ਇੱਕ ਵਾਰੀ ਕੇਰਾ ਪਾਣੀ ਸੁੱਕ ਕੇ ਜੇ ਆਪਣੀ ਪਨੀਰੀ ਜ਼ਿਆਦਾ ਘੜੜੀ ਜੀ ਨਾ ਕਰਿਆ ਕਰੋ ਠੀਕ ਆ ਇੱਕ ਵਾਰੀ ਆਪਾਂ ਨੇ ਥੋੜਾ ਜਿਹਾ ਇੱਕ ਅੱਧਾ ਦਿਨ ਆਪਾਂ ਨੂੰ ਜਿਆਦਾ ਕਾਰਜਾ ਕਰਨਾ ਹੁੰਦਾ ਜਹਾ ਜਹਾ ਆਪਾਂ ਨੇ ਕੀ ਕਰਨਾ ਹੁੰਦਾ ਕਿਸਾਨ ਵੀਰੋ ਛੜਕਾ ਕਰਨਾ ਹੁੰਦਾ ਖੱਖਾਂ ਵਾਲੀ ਦਵਾਈ ਦਾ ਤਾਂ ਉਹਨਾਂ ਦਿਨਾਂ ਦੇ ਵਿੱਚ ਮਜਬੂਰੀ ਬਣ ਜਾਂਦੀ ਆ ਦੋ ਇੱਕ ਦੋ ਦਿਨ ਆਪਾਂ ਪਾਣੀ ਨੂੰ ਸਕਿਪ ਕਰ ਦਈਏ ਆਦਰਵਾਈਜ਼ ਆਪਾਂ ਨੂੰ ਕੰਟੀਨਿਊ ਲਾਉਂਦੇ ਰਹਿਣਾ ਚਾਹੀਦਾ ਜੇਕਰ ਜਿਆਦਾ ਜਿਹੜੀਆਂ ਜ਼ਮੀਨਾਂ ਦੇ ਵਿੱਚ ਪਾਣੀ ਜੀਰਦਾ ਨਹੀਂ ਹੈਗਾ ਉਹਨਾਂ ਨੂੰ ਜ਼ਰੂਰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਆਪਣੇ ਖੇਤ ਦੇ ਹਿਸਾਬ ਦੇ ਨਾਲ ਪਾਣੀ ਦੀ ਆਪਾਂ ਵਰਤੋਂ ਕਰੀਏ ਸੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ